ਹੁਣ ਧੀਆਂ ਭੈਣਾਂ ਵਾਲੇ ਜਿਹੜੇ ਧੀਆਂ ਭੈਣਾਂ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਹੀ ਨੇ। ਹੁਣ ਪੁਲਿਸ ਫੜ ਕੇ ਲੈ ਗਿਆ ਤੁਹਾਨੂੰ ਪਤਾ ਨਹੀਂ ਹੁਣ ਨਹੀਂ ਮੇਰੀ ਗੱਲ ਸੁਣ ਪਹਿਲਾਂ ਵੀ ਇੱਕ ਹਫ਼ਤਾ ਰਹਿ ਕੇ ਆਈ ਹੈ ਪੁਲਿਸ ਦੇ ਵਿੱਚ। ਮੰਜੂ ਨਾਂ ਦੀ ਲੇਡੀ ਹੈ, ਉਹਦੇ ਪਹਿਲਾਂ ਵੀ ਮੁਕੱਦਮੇ ਦਰਜ ਨੇ। ਇਹ 10 ਜਿਹੜੇ ਨੇ ਲੇਡੀਜ਼, ਕਿੰਨੇ ਨੇ ਇਹਨਾਂ 'ਚ? 9 ਨੇ। ਫੜ ਕੇ ਲੈ ਗਈ ਹੈ, ਹੁਣ ਤਾਂ ਲੱਗਦਾ ਵੀ ਉਹਨੇ ਪਹਿਲਾਂ ਵੀ ਇੱਕ ਹਫ਼ਤਾ ਰਹਿ ਕੇ ਆਈ ਹੈ ਪੁਲਿਸ ਦੇ ਵਿੱਚ। ਪਹਿਲਾਂ ਵੀ ਇਹ ਲੈ ਕੇ ਆਈ ਹੈ ਨਾਲ ਇਹਦੇ ਉੱਪਰ। ਕਿੰਨੇ ਟਾਈਮ ਤੋਂ ਰਹਿ ਰਹੇ ਨੇ ਉਹਦੇ ਕਿਰਾਏ ਤੇ? ਇਹ ਹੋ ਗਏ ਇਹਨੂੰ 3-4 ਸਾਲ। ਦੇਖੋ ਜੀ, ਤੰਗ ਤਾਂ ਮੇਰੀ ਗੱਲ ਸੁਣੋ, ਹੁਣ ਧੀਆਂ ਭੈਣਾਂ ਵਾਲੇ ਜਿਹੜੇ ਧੀਆਂ ਭੈਣਾਂ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਹੀ ਨੇ। ਤੁਸੀਂ ਕੀ ਮੰਗ ਕਰਦੇ ਹੋ? ਹਾਂਜੀ, ਮੰਗ ਤਾਂ ਇਹੀ ਹੈ ਵੀ ਕੁਛ ਇੱਥੇ ਗੰਦ ਹੋਣਾ ਨਹੀਂ ਚਾਹੀਦਾ, ਸਾਰੇ ਮਾੜੀ ਗੱਲ ਹੈਗੀ, ਗੱਲ ਨਹੀਂ ਹੈ। ਜਿਵੇਂ ਇੱਥੇ ਲੇਡੀਜ਼ ਕਾਫੀ ਹਨ, ਜੈਂਟਸ ਆਉਂਦੇ ਨੇ, ਅਸਰ ਤਾਂ ਪੈਂਦਾ ਪਰਿਵਾਰ ਤੇ? ਮੈਂ ਕਿਹਾ ਐਕਚੁਅਲੀ ਨਾਂ ਦਾ ਕੀ ਨਾਂ ਪੈਂਦਾ ਤਾਂ ਕਿ ਕੋਈ ਮਤਲਬ ਨਹੀਂ ਹੈ। ਹਰੇਕ ਉਹੀ ਫੀਲ ਕਰਦਾ ਵੀ ਸ਼ੀ ਸ਼ੁੱਡ ਵੇਕੇਟ। ਹਾਂ, ਹੁਣ ਪੁਲਿਸ ਫੜ ਕੇ ਲੈ ਗਿਆ ਤੁਹਾਨੂੰ? ਨਹੀਂ, ਮੇਰੀ ਗੱਲ ਸੁਣ, ਉਹਦੇ ਨਾਲ ਫਰਕ ਤਾਂ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸ਼ੀ ਰਿਮੇਨ ਇਨ ਪੁਲਿਸ ਕਸਟਡੀ ਫਾਰ 3 or 4 ਡੇਜ਼। ਇੱਕ ਸੀਕਰੇਟ ਇਨਫੋਰਮੇਸ਼ਨ 'ਤੇ ਅਸੀਂ ਰੇਡ ਕੀਤੀ ਹੈ ਠਠੇਰਿਆ ਮੁਹੱਲਾ ਦੇ ਵਿੱਚ, ਕਿ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੁਛ ਲੇਡੀਜ਼ ਉੱਥੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ, ਅਤੇ ਮੁਹੱਲੇ ਦੇ ਬੰਦਿਆਂ 'ਚ ਵੀ ਇਹ ਗਲਤ ਮੈਸੇਜ ਜਾ ਰਿਹਾ ਸੀ। ਉੱਥੇ ਅਸੀਂ ਰੇਡ ਕਰਕੇ ਕੁਛ ਲੇਡੀਜ਼ ਅਤੇ ਜੈਂਟਸ ਅਰੈਸਟ ਕੀਤੇ ਨੇ, ਅਤੇ ਇਮੋਰਲ ਟ੍ਰੈਫਿਕ ਐਕਟ ਦੇ ਅੰਡਰ ਅਸੀਂ ਮੁਕੱਦਮਾ ਨੰਬਰ 96 ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ। ਇਹ ਅਸੀਂ ਦੇਖ ਰਹੇ ਹਾਂ ਜੀ, ਮੰਜੂ ਨਾਂ ਦੀ ਲੇਡੀ ਹੈ, ਉਹਦੇ ਪਹਿਲਾਂ ਵੀ ਮੁਕੱਦਮੇ ਦਰਜ ਨੇ, ਅਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨਿਆਂ ਦੇ ਮੁਕੱਦਮੇ ਦਰਜ ਨੇ, ਅਤੇ ਬਾਕੀ ਤਫਤੀਸ਼ ਜਾਰੀ ਹੈ। ਕਿੰਨੇ ਲੇਡੀਜ਼, ਕਿੰਨੇ ਜੈਂਟਸ ਜਿਹੜੇ ਸੀਗੇ, ਕਿੰਨੇ ਬੰਦਿਆਂ ਨੇ ਮਾਮਲਾ ਦਰਜ ਕੀਤਾ ਜੀ? ਇਹ ਹਲੇ ਅਸੀਂ ਸਾਰੇ ਬੰਦਿਆਂ 'ਤੇ ਮੁਕੱਦਮਾ ਦਰਜ ਕੀਤਾ। ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਅੱਜ ਕੋਰਟ ਦੇ ਵਿੱਚ ਜੁਡੀਸ਼ੀਅਲ ਇਹਨਾਂ ਦਾ ਰਿਮਾਂਡ ਲਿਆ ਜਾਊਗਾ। ਕਿੰਨੇ ਟਾਈਮ ਤੋਂ ਕਰਦੇ ਸੀ ਇਹ? ਤਫਤੀਸ਼ 'ਚ ਸਾਹਮਣੇ ਆਊਗਾ। ਕਿੰਨੇ ਨੇ ਜੀ ਲੇਡੀਜ਼ 'ਤੇ ਉਹ? ਇਹ 10 ਜਿਹੜੇ ਨੇ ਜੀ। ਲੇਡੀਜ਼ ਕਿੰਨੇ ਨੇ ਜੀ ਉਹਦੇ ਵਿੱਚ? ਇਹਨਾਂ 'ਚ 9 ਨੇ। 3-4-5 ਇਮੋਰਲ ਟ੍ਰੈਫਿਕ ਐਕਟ ਹੈਗਾ ਜੀ, ਉਸਦੇ ਅੰਡਰ ਇਹ ਸਾਰੇ ਅਸੀਂ ਬੁੱਕ ਕੀਤੇ। ਕਿੰਨੇ ਕੁ ਪੈਸੇ ਲੈਂਦੇ ਜਿਸਮ ਫਰੋਸ਼ੀ ਵਾਸਤੇ ਜਿਹੜੇ ਹੈਗਾ ਆਦਮੀ? ਇਹ ਅੱਗੇ ਆਪਣੀ ਤਫਤੀਸ਼ ਦੇ ਵਿੱਚ ਸਾਨੂੰ ਦੱਸ ਦੇਣਗੇ। ਜਿਹੜੀ ਲੇਡੀਜ਼ ਦਾ ਨਾਮ ਲੈ ਰਹੇ ਹੋ, ਇਸ ਤੋਂ ਪਹਿਲਾਂ ਕੀ ਮਾਮਲੇ ਦਾ? ਇਸ ਤੋਂ ਪਹਿਲਾਂ ਵੀ ਇੱਕ ਇਮੋਰਲ ਟ੍ਰੈਫਿਕ ਐਕਟ ਦਾ ਸਦਰ ਥਾਣੇ ਦੇ ਵਿੱਚ ਮੁਕੱਦਮਾ ਦਰਜ, ਬਾਕੀ ਅਸੀਂ ਇਹਦਾ ਚੈੱਕ ਕਰ ਰਹੇ ਹਾਂ।